ਸੋ ਸਵੇਰ ਤੋਂ ਅਸੀਂ ਤੁਹਾਨੂੰ ਖਬਰ ਜਿਹੜੀ ਦਿਖਾ ਰਹੇ ਹਾਂ ਕਿ ਭਾਰੀ ਬਾਰਿਸ਼ ਪੈਣ ਕਾਰਨ ਮੀਂਹ ਪਿੰਡ ਗੜਬਾਗਾ ਦੇ ਕੁਝ ਘਰਾਂ ਦੇ ਵਿੱਚ ਵੜਿਆ। ਮੈਂ ਉਸ ਵੇਲੇ ਉੱਥੇ ਪਹੁੰਚ ਚੁੱਕਿਆ ਅਤੇ ਪਿੱਛੇ ਪਹਿਲਾਂ ਦਿਖਾਓ ਇਹ ਜੋ ਨਦੀ ਹੈ, ਇਸ ਨਦੀ ਦੇ ਰਾਹੀਂ ਜਿਹੜੀ ਭਾਰੀ ਬਾਰਿਸ਼ ਆਈ ਹੈ। ਲੇਕਿਨ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਜਦੋਂ ਇਸਦੀ ਸਫਾਈ ਕੀਤੀ ਗਈ ਹੈ ਤਾਂ ਸਫਾਈ ਦੇ ਦੌਰਾਨ ਜਿਹੜਾ ਘਾਹ ਫੂਸ ਸੀਗਾ ਉਸਨੂੰ ਸਾਫ਼ ਨਹੀਂ ਕੀਤਾ ਗਿਆ, ਦੂਰ ਦੁਰਾਡੇ ਨਹੀਂ ਸਿੱਟਿਆ ਗਿਆ, ਜਿਹਦੇ ਕਾਰਨ ਇਸ ਪੁਲੀ ਦੇ ਵਿੱਚ ਆ ਕੇ ਸਾਰਾ ਘਾਹ ਫੂਸ ਜਦੋਂ ਫਸ ਗਿਆ ਤਾਂ ਉਸ ਤੋਂ ਬਾਅਦ ਜਾ ਕੇ ਪਾਣੀ ਇੱਧਰ ਦਿਖਾਓ ਜਿਹੜਾ ਪਿੱਛੇ ਤਸਵੀਰ, ਆ ਪਾਣੀ ਇੱਧਰ ਨੂੰ ਹੁੰਦਾ ਹੋਇਆ ਉੱਪਰਲੇ ਓਵਰਫਲੋ ਹੋ ਜਦੋਂ ਪਾਣੀ ਹੋਇਆ ਅਤੇ ਪਾਣੀ ਸਿੱਧਾ ਇੱਧਰ ਸਾਹਮਣੇ ਕਾਫ਼ੀ ਘਰ ਹੈ, ਓਵਰਫਲੋ ਪਾਣੀ ਇੱਥੋਂ ਜਿਹੜਾ ਕ੍ਰੋਸ ਕੀਤਾ ਚਲ ਕੇ, ਤੁਸੀਂ ਦੇਖ ਲਓ ਕਿ ਤੋੜਨ ਦੀ ਕੋਸ਼ਿਸ਼ ਵੀ ਕੀਤੀ, ਰਸਤਾ ਤੋੜਨ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਇੱਧਰ ਨਾਲ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ। ਆਹ ਸਾਹਮਣੇ ਮੈਂ ਦੇਖ ਰਿਹਾ ਕਿ ਚਿੱਕੜੋ ਚਿੱਕੜ ਜਿਹੜਾ ਕਾਫ਼ੀ ਲੋਕਾਂ ਦਾ ਜਿਹੜਾ ਸਮਾਨ ਵੀ ਜਿਹੜਾ ਖਰਾਬ ਹੋ ਚੁੱਕਿਆ, ਅਤੇ ਕਿਉਂਕਿ ਜਦੋਂ ਪਾਣੀ ਆਉਂਦਾ ਤਾਂ ਚਿੱਕੜੀ ਬਹੁਤ ਜ਼ਿਆਦਾ ਨਾਲ ਆਉਂਦੀ ਹੈ ਅਤੇ ਉਹਦੇ ਨਾਲ ਕਾਫ਼ੀ ਜਿਹੜੀ ਸਮਾਨ ਨੂੰ ਵੀ ਪ੍ਰੋਬਲਮ ਪਹੁੰਚਦੀ ਹੈ। ਪਰ ਲੇਕਿਨ ਪਤਾ ਕਰਾਂਗੇ ਇੱਥੋਂ ਦੇ ਵਸਨੀਕ ਹੈ ਅਤੇ ਉਹਨਾਂ ਦੇ ਨਾਲ ਆ ਜਾਓ ਜਰਾ। ਕਿਹਦੇ ਘਰ ਹੈ ਜੀ ਇਹ? ਤੁਸੀਂ ਤੁਹਾਡੇ ਜਦੋਂ ਪਾਣੀ ਆਇਆ ਕਿੰਨੇ ਕੁ ਵਜੇ ਦਾ ਸਮਾਂ ਸੀਗਾ? ਸਮਾਂ 10:30 ਵਜੇ ਦਾ ਸੀਗਾ ਜੀ। ਮਾਰ ਬਾਰਿਸ਼ ਪੈ ਰਹੀ ਸੀ ਮਾੜੀ ਮੋਟੀ, ਕਿ ਪੂਰੀ ਫੁੱਲ ਪੈ ਰਹੀ ਸੀਗੀ ਜੀ। ਹਾਂਜੀ। ਅਤੇ ਕਿਵੇਂ ਕਿੰਨਾ ਨੁਕਸਾਨ ਹੋਇਆ ਹੁਣ ਤੱਕ? ਨੁਕਸਾਨ ਜਿਹੜੀ ਅੰਦਰ ਹੀ ਪਾਣੀ ਵੜ ਗਿਆ, ਆਪਣਾ ਬੈੱਡ ਬੁੱਡ ਆਪਣਾ ਕੱਪੜੇ ਕੁੱਪੜੇ ਖਰਾਬ ਹੋ ਗਏ ਜੀ। ਖਾਣ ਪੀਣ ਦਾ ਸਮਾਨ ਵੀ ਖਰਾਬ ਹੋ ਗਿਆ ਸਰ? ਜਿਵੇਂ ਢੋਲੀ ਢਾਲੀ ਪਾ ਕੇ ਰੱਖ ਲੈਂਦੇ ਆ ਜੀ, ਉਹ ਸਮਾਨ ਸਾਰਾ ਉਹ ਭਿੱਜ ਗਿਆ ਜੀ, ਦਾਣੇ ਦਾ ਡਰਾਮ ਉੱਤ ਗਏ। ਇਹਨਾਂ ਨੂੰ ਅਚਾਨਕ ਨਹੀਂ ਸੀ ਪਤਾ ਵੀ ਪਾਣੀ ਇਸ ਤਰ੍ਹਾਂ ਆ ਜਾਏਗਾ? ਨਹੀਂ ਸੀਗਾ ਜੀ, ਇਸ ਤਰ੍ਹਾਂ ਦਾ ਕਦੀ ਮਾਹੌਲ ਹੋਇਆ ਨਹੀਂ ਕਦੀ ਜ਼ਿੰਦਗੀ 'ਚ ਇੱਦਾਂ ਦਾ ਕਦੀ ਵੀ ਜੀ। ਵੈਸੇ ਉਸ ਜਿਵੇਂ ਸੁਖਦੇਵ ਬੋਲਦੀ ਹੈ ਤਾਂ ਇੱਕ ਦੋ ਕੁ ਨਾਲ ਘਰ ਹੈ, ਜਿਵੇਂ ਰੱਖਣ ਦਾ ਮਾਹੌਲ ਮਾਹੌਲ ਸੀ, ਰੱਖੜੀ ਬੰਨਣ ਵਾਸਤੇ ਗਏ ਸੀਗੇ ਅਤੇ ਛੋਟਾ ਮੁੰਡਾ ਸੀ ਘਰੇ, ਉਹਨੇ ਫਿਰ ਇੱਕ ਲੱਖ ਰੌਲਾ ਜਿਹਾ ਪਾਇਆ ਵੀ ਪਾਣੀ ਆ ਗਿਆ, ਪਾਣੀ ਆ ਗਿਆ। ਉਹ ਵਿਚਾਰਾ ਇਕੱਲਾ ਆਪਣਾ ਸਮਾਨ ਚੱਕ ਕੇ ਇੱਧਰ ਤੋਂ ਰੱਖਣ ਲੱਗ ਪਿਆ ਅਤੇ ਜਿੰਨੇ ਕੁ ਸਮਾਨ ਚੱਕਿਆ ਉਹਦਾ ਬਾਕੀ ਕੋਈ ਮਾੜੀ ਮੋਟੀ ਮਦਦ ਕੀਤੀ ਹੈ। ਪਰ ਲੇਕਿਨ ਮੀਂਹ 'ਚ ਸਾਨੂੰ ਵੀ ਨਹੀਂ ਪਤਾ ਲੱਗਿਆ, ਸਾਡਾ ਨਾਲ ਪਾਲੇ ਪਾਸੇ ਘਰ ਹੈ, ਸਾਨੂੰ ਨਹੀਂ ਪਤਾ ਲੱਗਿਆ ਵੀ ਕਿਆ ਹੋ ਰਿਹਾ, ਮੀਂਹ ਇੰਨੀ ਜ਼ੋਰ ਦਾ ਸੀਗਾ, ਮੀਂਹ ਦਾ ਰੌਲਾ ਪੂਰਾ ਸੀਗਾ। ਅੱਛਾ, ਇੱਕ ਗੱਲ ਮੈਂ ਬੜੀ ਕੁਦਰਤ ਦੇ ਜਿਹੜਾ ਕਹਿਰ ਜਿਹਨੂੰ ਮੈਂ ਕਹਿ ਸਕਦਾ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਸਾਰੇ ਗਰਮੀ ਦਿਨ ਮਰ ਰਹੇ ਹਨ ਅਤੇ ਇੱਧਰ ਪਾਣੀ ਡੋਬ ਦਿੱਤੇ। ਹਾਂਜੀ ਹਾਂਜੀ, ਕੁਦਰਤ ਨੇ ਇੰਨਾ ਜ਼ਿਆਦਾ, ਕਿਉਂਕਿ ਪਾਣੀ ਇੱਧਰ ਕੋਈ ਜੰਗਲ ਹੋਣੇ ਤੁਹਾਡੇ ਬਹੁਤ ਜ਼ਿਆਦਾ ਜੰਗਲ ਹੈਗਾ ਜੀ, ਬਹੁਤ ਬੂਟੇ ਲੱਗੇ ਬਹੁਤ ਜ਼ਿਆਦਾ, ਹੁਣ ਵੈਸੇ ਨਰੇਗਾ ਤੌਰ 'ਤੇ ਵੀ ਜਾਂ ਸਰਕਾਰਾਂ ਨੇ ਬੂਟੇ ਬਾਟੇ ਲਾਏ ਹੈਗੇ ਜੀ ਕੁਛ, ਅਤੇ ਨਵੇਂ ਬੂਟੇ ਵੀ ਲੱਗੇ। ਵੈਸੇ ਸਾਡੇ ਤੁਸੀਂ ਦੇਖ ਰਹੇ ਹੋ ਹਰਿਆਲੀ ਹੈ ਚਾਰੇ ਪਾਸੇ ਦਾ, ਇੱਧਰ ਸਾਨੂੰ ਜੰਗਲ ਪੈਂਦਾ ਜੀ, ਉੱਧਰ ਸਤਲੁਜ ਦਰਿਆ ਪੈਂਦਾ ਨਾਲ ਜੀ, ਅਤੇ ਸਾਡਾ ਪਿੰਡ ਵਿਚਕਾਰ ਹੈ ਅਤੇ ਵਿਚਕਾਰ ਹੋਣ ਦੇ ਨਾਤੇ ਬਾਰਿਸ਼ ਬੁਰਸ਼ ਆਮ ਚੱਲਦੀ ਰਹਿੰਦੀ ਆ ਜਾਂਦੀ ਹੈ ਜੀ, ਅਤੇ ਹੁਣ 5-4 ਦਿਨ ਵਿੱਚ ਲਗਾਤਾਰ ਥੋੜ੍ਹੀ ਬਾਰਿਸ਼ ਪਈਆਂ। ਜਿਹੜੀ ਅੱਜ ਦੀ ਬਾਰਿਸ਼ ਪਈ ਆ ਉਹ ਬਹੁਤ ਜ਼ਿਆਦਾ ਬਾਰਿਸ਼ ਪਈ ਹੈ, ਕਿਉਂਕਿ 6 ਘਰ ਥੱਲੇ ਥੱਲੇ ਨਾਲ, 3 ਘਰ ਇੱਧਰ, ਇੱਕ ਹਰਭਜਨ ਸਿੰਘ ਦਾ ਘਰ ਅਤੇ ਰਘਵੀਰ ਦਾ, ਗੁਰਬਖਸ਼ੇ ਦਾ, ਅਤੇ ਸਾਡੇ ਭਰਾ ਮਹਿੰਦਰ ਸਿੰਘ ਲੇਟ ਅਤੇ ਸੁਖਦੇਵ ਸਿੰਘ ਗੋਲਡੀ, ਇੱਧਰ ਲਗਭਗ 5-7-8 ਘਰਾਂ ਦੇ ਪਾਣੀ, ਹਾਂ 6-7 ਘਰਾਂ 'ਚ ਪਾਣੀ ਵੜ ਗਿਆ। ਜਿਵੇਂ ਦੌਲਤ ਰਾਮ ਜੀ ਇਹਨਾਂ ਦੇ ਘਰ, ਜਿਹਨਾਂ ਘਰਾਂ 'ਚ ਪਾਣੀ ਵੜਿਆ ਨਾ ਜੀ, ਮਤਲਬ ਇੰਨਾ ਪਾਣੀ ਸੀਗਾ, ਅਸੀਂ ਮੌਕੇ 'ਤੇ ਆ ਕੇ ਦੇਖਿਆ ਨਾ, ਫਟਾਫਟ ਸਮਾਨ ਸਮੂਨ ਚੁਕਾਇਆ ਤੋਂ ਵੀ ਉੱਪਰ ਪਾਣੀ ਚਲੇ ਗਿਆ। ਹਾਂਜੀ, ਬੈੱਡਾਂ ਦਾ ਸਾਰਾ ਸਮਾਨ ਭਿੱਜ ਚੁੱਕਿਆ, ਖਾਣ ਪੀਣ ਦਾ ਸਮਾਨ ਸੀ, ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦਾ, ਇਹਨਾਂ ਦਾ ਨੁਕਸਾਨ ਅਤੇ ਸੁਖਦੇਵ ਸਿੰਘ ਦਾ। ਉਹ ਦੇਖੋ ਆ ਰਿਹਾ ਸਾਡਾ ਜੀ ਸਾਰਾ ਸਮਾਨ। ਕਿਆ ਨਾਮ ਹੈ ਤੁਹਾਡਾ? ਮੈਨੂੰ ਸਰਬਜੀਤ ਕੌਰ। ਤੁਹਾਡਾ ਸਾਰਾ ਸਮਾਨ ਖਰਾਬ? ਸਾਰਾ ਸਮਾਨ, ਬੈੱਡਾਂ ਦੇ ਕੱਪੜੇ ਸਭ ਖਰਾਬ ਹੋ ਗਏ ਸਾਡੇ, ਰਜਾਈਆਂ ਵੀ, ਸਾਰਾ ਸਿਲੰਡਰ ਵੀ ਸਾਡਾ ਇਦਾਂ ਸਾਰਾ ਹੜ ਕੇ ਪੜ ਗਿਆ। ਸਮਾਨ ਹੜ ਵੀ ਗਿਆ ਹੈ? ਹੜ ਗਿਆ ਜੀ ਸਾਡਾ ਸਾਰਾ। ਬਿਲਕੁਲ ਜੀ, ਸਮਾਨ ਕਹਿੰਦੇ ਵੀ ਘਰ ਦਾ ਸਮਾਨ ਜਿਹੜਾ ਕਾਫੀ ਜਿਹੜਾ ਹੜ ਵੀ ਚੁੱਕਿਆ ਹੈ। ਜਿਹੜਾ ਘਰ ਵਾਲਾ ਹੈ ਜੀ, ਉਹ ਸਟੰਟ ਪਏ ਹੋਏ, ਉਹ ਮਰੀਜ਼ ਵਿਚਾਰਾ, ਉਹ ਆਪ ਖੜੇ ਜੀ। ਤੁਹਾਡਾ ਜੀ? ਅੱਛਾ ਜੀ, ਮਾਰ ਤੁਸੀਂ ਹੋ ਕੇ ਹਟੇ ਹੈ, ਕਾਫੀ ਨੁਕਸਾਨ ਹੋਇਆ। ਚਲੋ, ਅਸੀਂ ਤਾਂ ਪ੍ਰਸ਼ਾਸਨ ਨੂੰ ਹੀ ਮੰਗ ਕਰ ਸਕਦੇ ਹਾਂ ਕਿ ਜਿਹੜੇ ਇਹਨਾਂ ਲੋਕਾਂ ਦਾ
ਵੱਡਾ ਭਰਾ ਜੀ ਲੋਕਾਂ ਦਾ ਜਿਹੜਾ ਨੁਕਸਾਨ ਨੁਕਸਾਨ ਕਰਦਾ ਹੋਇਆ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਖੱਟ ਲੱਗ ਗਈ ਪੈ ਪੈ ਤੋਂ ਨਹੀਂ ਹੁੰਦਾ। ਅੱਜੇ ਗਿਰ ਗਏ ਤੁਸੀਂ? ਅੱਜੇ ਗਿਰੇ ਆ? ਹਾਂਜੀ 25 ਕਿਲੋਨੀ ਦੀ ਇੱਕ ਜਦੋਂ ਪਾਣੀ ਆਇਆ ਨਾ ਜੀ ਭੱਜਿਆ ਲੋਏ ਜੀ ਕੀ ਕਰ ਰਿਹਾ ਭਾਂਡਾ ਤੱਕ ਨੀ ਬਚਿਆ ਹੈਗਾ, ਕੁੜੀਆਂ ਕਿਤਾਬਾਂ ਤੱਕ ਨੀ ਬਚੀਆਂ, ਸਭ ਕੁਛ ਹੜ ਗਿਆ ਜੀ ਅੰਦਰ। ਠੀਕ ਹੈ, ਅਸੀਂ ਰੋਪੜ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਤੁਹਾਡੀਆਂ ਤਸਵੀਰਾਂ ਜਿਹੜੀਆਂ ਬਿਲਕੁਲ ਲਾਈਵ ਚੱਲ ਰਹੀਆਂ ਨੇ ਤੇ ਹੋ ਸਕਦਾ ਪ੍ਰਸ਼ਾਸਨ ਆਪਣੇ ਆਪ ਇਸ ਗੱਲ ਤੇ ਗੌਰ ਕਰਨਗਾ। ਦੇਖਦੇ ਹਾਂ ਹੋਰ ਤਸਵੀਰਾਂ। ਹਾਂਜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਬਿਲਕੁਲ ਚਿੱਕੜ ਜਿਹੜਾ ਇੰਨਾ ਜ਼ਿਆਦਾ ਜਿਹੜਾ ਘਰਾਂ ਦੇ ਵਿੱਚ ਵਰ ਚੁੱਕਿਆ ਤੇ ਜਿਸ ਦੇ ਨਾਲ ਸਾਰੇ ਵਿਹੜੇ ਦੇ ਵਿੱਚ ਘਰਾਂ ਦੇ ਵਿੱਚ ਜਿਹੜਾ ਸਾਫ਼ ਸਫਾਈ ਜਿਹੜੀ ਕੀਤੀ ਜਾ ਰਹੀ ਹੈ ਤੇ ਬਹੁਤ ਹੀ ਮਾੜੇ ਹਾਲਾਤ ਨੇ, ਕਿਉਂਕਿ ਜਦੋਂ ਪਾਣੀ ਆਉਂਦਾ ਤਾਂ ਪਾਣੀ ਨਾਲ ਦੇ ਨਾਲ ਆਪਣੇ ਨਾਲ ਚਿੱਕੜ ਵੀ ਕਾਫ਼ੀ ਲੈ ਕੇ ਆਉਂਦਾ। ਇੱਧਰ ਇੱਧਰ ਦਿਖਾਓ ਜਰਾ, ਅੱਜ ਤਸਵੀਰ ਦਿਖਾਓ ਇਸ ਘਰ ਦੇ ਵਿੱਚ ਪਾਣੀ ਜਿਹੜਾ ਵੱਡੇ ਪਿੱਛੇ। ਬਿਲਕੁਲ ਜੀ, ਅਸੀਂ ਤਸਵੀਰ ਦੇ ਵੀ ਦੇਖ ਸਕਦੇ ਹੋ, ਕੱਚਾ ਘਰ ਹੈ ਛੋਟੋ। ਹਾਂਜੀ ਅੱਗੇ ਜਰਾ ਵੀਡੀਓ ਦੇ ਵਿੱਚ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਚਿੱਕੜ ਇੰਨੇ ਜ਼ਿਆਦਾ ਹੈ ਕਿ ਅੰਦਰ ਜਾਣਾ ਬੜਾ ਮੁਸ਼ਕਿਲ ਹੋ ਚੁੱਕਿਆ ਹੈ। ਤੇ ਇਹ ਜਿਹੜੇ ਤਸਵੀਰ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਰਾ ਪਾਣੀ ਦੇ ਨਾਲ ਜਿਹੜਾ ਘਰ ਜਿਹੜੇ ਆ ਖਰਾਬ ਹੋ ਚੁੱਕੇ, ਮਕਾਨ ਜਿਹੜੇ ਆ ਸਮਾਨ ਸਾਰਾ ਘਰ ਦਾ ਜਿਹੜਾ ਸਮਾਨ ਖਰਾਬ ਹੋ ਗਿਆ। ਆ ਜਾਓ ਬਾਹਰ, ਬਾਹਰ ਆ ਜਾਓ ਜਰਾ, ਆ ਜਾਓ ਬਾਹਰ, ਕੋਈ ਗੱਲ ਨੀ। ਬਿਲਕੁਲ ਜੀ ਮਦਨ ਜੀ, ਤੁਸੀਂ ਜਿਹੜੀ ਤਸਵੀਰ ਹੈ ਨਾ ਖੁਦ ਮੋਬਾਈਲ ਦੇ ਨਾਲ ਦਿਖਾ ਸਕਦੇ ਆ। ਇੱਧਰ ਜਰਾ ਇੱਧਰ ਦਿਖਾ ਦਿਓ, ਅੱਗੇ ਤੱਕ ਮੈਂ ਦੇਖਣਾ। ਆਵਾਜ਼ ਆ ਰਹੀ ਕਿਆ? ਹੈਲੋ ਮਦਨ ਜੀ, ਆਵਾਜ਼ ਦਿਖਾਈ ਦੇ ਰਹੀ ਹੈ? ਹਾਂਜੀ ਹਾਂਜੀ, ਚਲੋ ਠੀਕ ਹੈ, ਤੁਸੀਂ ਅੱਗੇ ਤੱਕ ਥੋੜ੍ਹਾ ਜਿਹਾ ਦਿਖਾ ਦਿਓ ਜਿੱਧਰ ਜਿੱਧਰ ਵੀ ਨੁਕਸਾਨ ਹੋਇਆ ਹੈ ਤੇ ਅੱਗੇ ਜਾਣਾ ਥੋੜ੍ਹਾ ਜਿਹਾ ਮੁਸ਼ਕਿਲ ਹੈ ਸਾਨੂੰ ਵੀ। ਬੱਲੇ ਬੱਲੇ ਆਹ ਦੇਖੋ ਜੀ ਕਿੰਨਾ ਜ਼ਿਆਦਾ ਨੁਕਸਾਨ ਜਿਹੜਾ ਹੁਣ ਤੱਕ ਜਿਹੜਾ ਹੋ ਚੁੱਕਿਆ ਤੇ ਪਾਣੀ ਚਲੋ ਮੰਨਦੇ ਹਾਂ ਕਿ ਪਹਿਲਾਂ ਘਰ ਕੱਚੇ ਹੁੰਦੇ ਸੀ, ਹੁਣ ਘਰ ਕੁਛ ਪੱਕੇ ਹੈਗੇ ਆ, ਨਹੀਂ ਤਾਂ ਕੁਛ ਵੀ ਹੋ ਜਾਂਦਾ ਸੀ ਇਸ ਤਰ੍ਹਾਂ ਦੇ ਜਦੋਂ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਬਿਲਕੁਲ ਲਾਈਵ ਤਸਵੀਰਾਂ ਹੈ ਪਿੰਡ ਗੜਬਾਗਾ ਤੋਂ, ਜਿੱਥੇ ਕਿ ਘਰਾਂ ਦੇ ਵਿੱਚ ਪਾਣੀ ਵੜਨ ਦੇ ਕਾਰਨ ਜਿਹੜਾ ਸਾਰਾ ਚਿੱਕੜੋ ਚਿੱਕੜ ਜਿਹੜਾ ਘਰਾਂ ਦੇ ਵਿੱਚ ਹੋ ਚੁੱਕਿਆ ਹੈ। ਤੇ ਮੈਨੂੰ ਲੱਗਦਾ ਵੀ ਅੱਗੇ ਸਾਡੀ ਆਵਾਜ਼ ਸ਼ਾਇਦ ਕੰਮ ਨਹੀਂ ਕਰਦੀ ਹੋਣੀ। 8-10 ਘਰ ਜਿਹੜੇ ਦੱਸੇ ਜਾ ਰਹੇ ਨੇ ਜਿਹਨਾਂ ਦਾ ਨੁਕਸਾਨ ਹੋਇਆ ਹੈ ਤੇ ਬਿਲਕੁਲ ਸਾਰੇ ਘਰਾਂ ਦੇ ਵਿੱਚ ਚਿੱਕੜੋ ਚਿੱਕੜ ਹੋ ਚੁੱਕਿਆ ਹੈ। ਇਸ ਨੂੰ ਸਾਫ਼ ਕਰਨ ਵਿੱਚ ਕਾਫ਼ੀ ਸਮਾਂ ਲੱਗੇਗਾ, ਹਾਲੇ ਤੱਕ ਬਾਰਿਸ਼ ਹੋਰ ਤਿਆਰ ਹੈ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਕੁਛ ਇਸ ਤਰ੍ਹਾਂ ਦੇ ਘਰ ਹੈ ਜਿਨ੍ਹਾਂ ਦਾ ਸਾਰਾ ਹੀ ਸਮਾਨ ਜਿਹੜਾ ਬਿਲਕੁਲ ਖਰਾਬ ਹੋਇਆ ਤੇ ਅਸੀਂ ਸਮਾਜ ਸੇਵੀ ਤੇ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਹਾਂ ਕਿ ਜਿੰਨੀ ਵੀ ਇਹਨਾਂ ਦੀ ਜਿਹੜੀ ਮਦਦ ਹੈ ਜਿਹੜੀ ਉਹ ਕੀਤੀ ਜਾਵੇ, ਕਿਉਂਕਿ ਬਹੁਤ ਗਰੀਬ ਲੋਕ ਹੈ, ਦਿਹਾੜੀ ਦੱਪਾ ਕਰਕੇ ਆਪਣਾ ਬੱਚੇ ਪਾਲਦੇ ਨੇ। ਪਰ
ਜਦੋਂ ਕੁਦਰਤ ਦਾ ਕਹਿਰ ਵਾਪਰਦਾ ਤਾਂ ਕੋਈ ਪਤਾ ਨਹੀਂ ਲੱਗਦਾ, ਕੋਈ ਜਦੋਂ ਮੁਸੀਬਤ ਆਉਂਦੀ ਹੈ ਦੱਸ ਕੇ ਨਹੀਂ ਆਉਂਦੀ ਹੈਗੀ। ਅਚਾਨਕ ਬੜੇ ਵਧੀਆ ਮਾਹੌਲ ਸੀਗਾ, ਰੱਖੜੀਆਂ ਦਾ ਦਿਨ ਸੀਗਾ, ਸਾਰੇ ਰੱਖੜੀਆਂ ਬੰਨਣ ਵਾਸਤੇ ਜਿਹੜੇ ਤਿਆਰ ਸੀਗੇ, ਪਰ ਕੋਈ ਰੱਖੜੀਆਂ ਬੰਨਣ ਵਾਸਤੇ ਘਰ ਤੋਂ ਗਏ ਹੋਏ ਸੀਗੇ, ਅਤੇ ਉਹਦੇ ਕਰਕੇ ਵੀ ਜਿਹੜਾ ਪਾਣੀ ਜਿਹੜਾ ਜਦੋਂ ਇੱਥੇ ਆਇਆ ਤਾਂ ਉਹਨੂੰ ਕੰਟਰੋਲ ਨਹੀਂ ਕਰ ਪਾਏ, ਅਤੇ ਕਿਉਂਕਿ ਪੁਲੀ ਅਚਾਨਕ ਬੰਦ ਹੋਈ, ਬੰਦ ਹੋਣ ਦੇ ਨਾਲ ਜਿਹੜਾ ਪਾਣੀ ਸਾਰਾ ਓਵਰਫਲੋ ਕੇ ਇਹਨਾਂ ਜਿਹੜੇ ਨਾਲ ਲੱਗਦੇ ਜਿਹੜੇ ਘਰਾਂ ਦੇ ਉੱਤੇ ਜਿਹੜਾ ਵੜ ਚੁੱਕਿਆ, ਤਸਵੀਰਾਂ ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ। ਅਤੇ ਅਸੀਂ ਵੀ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਹਾਂ ਕਿ ਇਸ ਪਿੰਡ ਦੇ ਵਿੱਚ ਪਹੁੰਚ ਕੇ ਜੋ ਵੀ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ, ਅਤੇ ਇਹਨਾਂ ਦੀ ਜੋ ਵੀ ਮਦਦ ਹੈ